are watching Channel Y. Channel Y, a South Asian Canadian channel. ਕਰਤਾਰਪੁਰ ਕੋਰੀਡੋਰ ਮਾਮਲੇ ਵਿੱਚ ਗੁਰਦੁਆਰਾ ਸ਼੍ਰੀ ਕਰਤਾਰਪੁਰ ਦੇ ਦਰਸ਼ਨਾਂ ਲਈ ਜਾਣ ਵਾਲੇ ਭਾਰਤੀਆਂ ਤੋਂ ਪਾਕਿਸਤਾਨ ਸਰਕਾਰ ਵੱਲੋਂ $20 ਫੀਸ ਵਸੂਲੇ ਜਾਣ ਦੇ ਮਾਮਲੇ 'ਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੇਂਦਰ ਦੀ NDA ਭਾਈਵਾਲ ਸਰਕਾਰ ਕਾਂਗਰਸ ਦੇ ਵਿਗਾੜੇ ਮਸਲਿਆਂ ਨੂੰ ਸੁਲਝਾ ਰਹੀ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਵੰਡ ਸਮੇਂ ਜੇਕਰ ਕਾਂਗਰਸ ਪਾਰਟੀ ਦੇ ਆਗੂਆਂ ਨੇ ਸਿੱਖ ਭਾਈਚਾਰੇ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਿਆ ਹੁੰਦਾ ਤਾਂ ਅੱਜ ਇਹ ਦਿਨ ਦੇਖਣ ਦੀ ਲੋੜ ਨਾ ਪੈਂਦੀ। ਸ਼੍ਰੋਮਣੀ ਅਕਾਲੀ ਦਲ PJP ਦੀ ਭਾਈਵਾਲ ਪਾਰਟੀ ਨੂੰ ਇਸ ਗੱਲ ਦੀ ਵਧਾਈ ਦੇਣਾ ਚਾਹੁੰਦਾ ਕਿ ਜਿਹੜੇ ਗਾਂਧੀ ਪਰਿਵਾਰ ਦੇ ਉਦੋਂ ਦੇ ਪੁੱਠੇ ਕੰਮ ਸੀ, ਅੱਜ ਉਹਨਾਂ ਨੂੰ ਸਹੀ ਕਰਨ ਦਾ ਕੰਮ ਸ਼ੁਰੂ ਹੋਇਆ। ਉਸ ਵੇਲੇ ਜੇ ਜਵਾਹਰ ਲਾਲ ਨਹਿਰੂ ਸਾਹਿਬ ਥੋੜ੍ਹਾ ਪੰਜਾਬੀਆਂ ਦੀ ਗੁਰੂ ਨਾਨਕ ਨਾਮ ਲੇਵਾ ਦੀ ਭਾਵਨਾਵਾਂ ਨੂੰ ਸਮਝਦੇ ਤਾਂ 4 ਕਿਲੋਮੀਟਰ ਇਹ ਬਾਰਡਰ ਕਰਤਾਰਪੁਰ ਸਾਹਿਬ ਪੰਜਾਬ 'ਚ ਹੋਣਾ ਸੀ, ਪਾਕਿਸਤਾਨ 'ਚ ਨਹੀਂ ਹੋਣਾ ਸੀ। ਮਗਰ ਨਾ ਤਾਂ ਉਦੋਂ ਸਾਡੀਆਂ ਭਾਵਨਾਵਾਂ ਦੀ ਕਦਰ ਕੀਤੀ ਗਈ। ਕਿੰਨਾ ਤੁਹਾਨੂੰ ਪਤਾ, ਵੰਡ 'ਚ ਸਭ ਤੋਂ ਹਾਲਾਤ ਜੇ ਮਾੜੇ ਹੋਏ ਤਾਂ ਪੰਜਾਬੀਆਂ ਦੇ ਹੋਏ। ਸਭ ਤੋਂ ਵੱਡੀ ਕੁਰਬਾਨੀ ਜੇ ਹੋਈ, ਪਰਿਵਾਰ ਉਜੜੇ, ਜੀਆ ਜੰਤ ਉਜੜੇ, ਉਹ ਪੰਜਾਬੀਆਂ ਦਾ ਨੁਕਸਾਨ ਹੋਇਆ। ਅੱਜ ਮੋਦੀ ਸਾਹਿਬ ਨੇ ਔਰ ਉਹਨਾਂ ਦੀ ਸਰਕਾਰ ਨੇ ਇਸ ਨੂੰ ਕਰੈਕਟ ਕੀਤਾ। ਔਰ ਜਿਹੜੀ $20 ਦੀ ਗੱਲ ਤੁਸੀਂ ਕੀਤੀ ਹੈ, ਦੇਖੋ $20 ਦਾ ਮਤਲਬ 1500-1600 ਰੁਪਈਆ ਐਕਸਚੇਂਜ ਰੇਟ ਦੇ ਹਿਸਾਬ ਨਾਲ। ਇਹ ਸਭ ਤੋਂ ਪਹਿਲਾਂ ਇੰਡੀਆ ਨੇ ਤਾਂ ਆਲਰੇਡੀ ਪਾਕਿਸਤਾਨ ਨਾਲ ਇਹ ਮੈਟਰ ਟੇਕਅਪ ਕੀਤਾ ਕਿ ਪਾਕਿਸਤਾਨ ਨੂੰ ਇਸ ਤਰ੍ਹਾਂ ਹੁਣ ਇਹ ਰਿਲੀਜੀਅਸ ਮੁੱਦੇ 'ਤੇ, ਕਿਉਂਕਿ ਧਾਰਮਿਕ ਮੁੱਦੇ 'ਤੇ ਇਸ ਤਰੀਕੇ ਦਾ ਜਜ਼ੀਆ ਨਹੀਂ ਲੱਗਣਾ ਚਾਹੀਦਾ। ਔਰ ਇਸ ਗੱਲ ਨੂੰ ਸਮਝਦਿਆਂ ਮੈਂ ਤਾਂ ਚਾਹੂੰਗਾ ਜੇ ਇਮਰਾਨ ਖਾਨ ਦਿਲੋਂ ਇਸ ਮੁੱਦੇ 'ਤੇ ਸਾਫ਼ ਨੇ ਤਾਂ ਉਹ ਨਾ ਲਾਉਣ, ਮਗਰ ਜੇ ਉਹ ਨਹੀਂ ਹਟਦੇ, ਇਹ ਗੱਲ ਮੈਂ ਛਪਾਰ ਦੇ ਮੇਲੇ 'ਚ ਵੀ ਕੀਤੀ ਸੀ, ਫਿਰ ਇਹ ਸੂਬਾ ਪੰਜਾਬ ਦੇ ਸੂਬੇ ਦੇ ਲੋਕਾਂ ਦੀ ਪ੍ਰਤੀ, ਪੰਜਾਬ ਸੂਬੇ ਦੀ ਸਰਕਾਰ ਦੀ ਬਣਦੀ, ਫਿਰ ਉਹ ਇਹਨੂੰ ਸਬਸਿਡਾਈਜ਼ ਕਰਨ ਦੇਣ, ਕਿਉਂਕਿ ਸੰਗਤ ਤਾਂ ਪੰਜਾਬ ਦੀ ਆ। ਗੁਰੂ ਨਾਨਕ ਨਾਮ ਲੇਵਾ ਨੇ ਪੰਜਾਬ ਦੀ ਧਰਤੀ ਤੋਂ ਲੰਘ ਕੇ ਜਾਣਾ, ਜਿੱਥੇ ਇਹ ਵੱਡੀ ਜ਼ਿੰਮੇਵਾਰੀ ਉਹ ਨਿਭਾਉਣ। ਹਾਂ, ਜੇ ਪੰਜਾਬ ਦੀ ਸਰਕਾਰ ਕਹੇ ਕਿ ਸਾਡੇ ਹੱਥ ਖੜ੍ਹੇ ਆ, ਅਸੀਂ ਆਪਣੀ ਸਾਰੀ ਜ਼ਿੰਮੇਵਾਰੀਆਂ ਤੋਂ ਭੱਜ ਗਏ ਹਾਂ, ਫਿਰ ਮੈਨੂੰ ਆਸ ਹੈ ਕਿ ਸੈਂਟਰ ਦੀ ਸਰਕਾਰ ਕੋਲ ਫਿਰ ਇਹ ਮੰਗ ਰੱਖਾਂਗੇ ਕਿ ਸੂਬੇ ਦੀ ਸਰਕਾਰ ਆਪਦੀ ਜ਼ਿੰਮੇਵਾਰੀਆਂ ਤੋਂ ਭੱਜਦੀ ਆ, ਫਿਰ ਤੁਸੀਂ ਜ਼ਰੂਰ ਕਰੋ ਕੁਛ ਨਾ। ਚਾਹੀਦਾ ਜੀ, ਚਾਹੀਦਾ ਜਿਹੜੇ ਇਹ ਵਜ਼ੀਰ ਸਾਹਿਬਾਨ ਨੇ ਜਿਹੜੇ ਉਦੋਂ ਠੋਕੋ ਤਾਲੀ ਦੇ ਮਗਰ ਬੜਾ ਮਗਰ ਖਲੋਂਦੇ ਸੀ, ਅੱਜ ਕੱਲ੍ਹ ਨਹੀਂ ਪੁੱਛਦੇ, ਉਹਨਾਂ ਨੂੰ ਜਾ ਕੇ ਇਹ ਗੱਲ ਉਹਨਾਂ ਕੋਲ ਰੱਖਣੀ ਚਾਹੀਦੀ ਕਿ ਜੀਵੇ ਜੀਵੇ ਮੇਰਾ ਯਾਰ ਦਿਲਦਾਰ ਜਿਹੜਾ ਕਹਿੰਦਾ ਸੀ ਪਾਕਿਸਤਾਨ ਜੀਵੇ, ਉਹਨਾਂ ਨੂੰ ਇਹ ਗੱਲ ਕਹਿਣ ਕਿ ਬਈ ਇਹ ਕੰਮ ਨਹੀਂ, ਇਹ ਨਹੀਂ ਸੋਭਦਾ, ਤੁਸੀਂ ਪੈਸੇ ਕਮਾਉਣੇ ਪਾਕਿਸਤਾਨ ਸਰਕਾਰ ਨੇ ਕਮਾਵੇ, ਮਗਰ ਇਹ ਨਹੀਂ ਓਕੇਜ਼ਨ ਸਹੀ। ਯੂ ਆਰ ਵਾਚਿੰਗ ਚੈਨਲ Y, ਚੈਨਲ Y, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।